भाई गुरशरण सिंह जी लुधियाना वालियां दी रस भिन्नी आवाज विच हर वेले कथा कीर्तन अते सिमरन दा आनंद मानण लई भाई गुरशरण सिंह जी ऑफिशियल चैनल YouTube नूं सब्सक्राइब करो अते नवे कीर्तन वीडियोस लई बेल आइकन नूं जरूर दबाओ अते ऑल नूं सिलेक्ट करो। इस नाल हर नवे वीडियो दा नोटिफिकेशन आप जी दे मोबाइल ते आएगा, फिर तुसी उस दा आनंद माण सकदे हो। खैरी दी जय बंदे, खैरी दी जय बंदे, शेख फरीद खैरी जय बंदे, शेख फरीद खैरी जय बंदे, खैरी दी इंसान दी अपनी अपनी मंग है। संसारी बंदे दी अपनी मंग है, अध्यात्मी बंदे दी अपनी मंग है। संसारी बंदा माया दे नाल प्रीत गंढदा, उन्हूं एहसास है कि माया तो बिना काम नहीं सरदा। फिर खाली माया, खाली माया, होर माया, होर माया, बेअंत माया होदिया होया भी होर माया, होर माया मंगी जा, मंगी जा। लोड पूरी हो गई, लोड तो वध आ गया, फिर मंगी जा, वद तो वद आ गया, फिर मंगी जांदा। दो पीढ़ियां लई जमा कर लिया, फिर मंगी जांदा, रुकदा नहीं। दुनियावी धन मंगण तो रुकदा नहीं। संसार च रहिंदियां संसार दे धन दी उहनूं कीमत दा पता है। हुण दूसरे पासे आ अध्यात्मी, किन्ने किन्ने घंटे, किन्ने किन्ने घंटे, किन्ना किन्ना समा साई दी याद च बैठा रहिंदा, रब विसरदा ही नहीं, नाम विसरदा ही नहीं, बंदगी विसरदी नहीं। और अध्यात्मी नूं भी नाम धन का पता है, जिवें दुनियावी नूं दुनियावी धन की कीमत का पता है ना, उवें अध्यात्मी नूं नाम धन की कीमत का पता है। वह मंगदा ही नाम है, वह मंगदा ही नाम है। किन्ना ही भंडारा भरिया होवे, किन्ना ही भंडारा भरिया होवे, किन्नी याद परपक होवे, भावे किन्नी भी याद परपक होवे, फिर भी जदों मंगण दी वारी आई ते ऐदां बुक अड ली, ऐदां बुक अड ली अध्यात्मी ने, ते अल्लाह पाक दे चरणां च अपने खुदा दे चरणां च अपने रब दे चरणां च बेनती की लाई। खैर लफ्ज वरत्या, खैर भीक आखो सतना, खैरात दे विच मेरी जपण की तौफीक नहीं, मेरी जपण की औकात नहीं है मेरे रब, तू खैर दे विच अपना नाम मेरी झोली च पा, आखो सतना।
ਹੁਣ ਉਸ ਅਧਿਆਤਮੀ ਨੂੰ ਪੁੱਛੋ ਕਿ ਭਾਈ ਰਹਿਣਾ ਤਾਂ ਤੂੰ ਵੀ ਇਸੇ ਸੰਸਾਰ ਚ ਰਹਿਣਾ ਤਾਂ ਤੂੰ ਵੀ ਇਸੇ ਸੰਸਾਰ ਚ ਹੈ, ਤੇਰੀ ਵੀ ਗ੍ਰਸਤੀ ਹੈ, ਤੇਰੇ ਵੀ ਬਾਲ ਬੱਚੇ ਨੇ, ਤੇ ਮਾਇਆ ਤਾਂ ਤੈਨੂੰ ਵੀ ਚਾਹੀਦੀ। ਫਿਰ ਤੂੰ ਸ਼ਿੱਦਤ ਦੇ ਨਾਲ ਇੱਕੋ ਚੀਜ਼ ਹੀ ਸ਼ਿੱਦਤ ਦੇ ਨਾਲ ਮੰਗਦਾ, ਨਾਮ ਧਨ, ਨਾਮ ਧਨ, ਨਾਮ ਧਨ, ਕੇਵਲ ਬੰਦਗੀ। ਕਿਉਂ ਬਈ ਤੈਨੂੰ ਮਾਇਆ ਨਹੀਂ ਚਾਹੀਦੀ, ਤੈਨੂੰ ਪਦਾਰਥ ਨਹੀਂ ਚਾਹੀਦੇ, ਤੇ ਅਧਿਆਤਮੀ ਕਹਿੰਦਾ ਜਿਸ ਸ਼ੈ ਨੂੰ ਮੈਂ ਮੰਗਦਾ ਪਿਆ, ਜੇ ਉਹ ਸ਼ੈ ਖੁਦਾਵੰਤ ਕਰੀਮ ਦਿਆਲ ਹੋ ਕੇ ਤਰੁੱਟ ਕੇ ਜੇ ਮੇਰੀ ਝੋਲੀ ਚ ਪਾ ਦੇਵੇ, ਫਿਰ ਮੈਨੂੰ ਹੋਰ ਕੋਈ ਸ਼ੈ ਮੰਗਣ ਦੀ ਲੋੜ ਨਹੀਂ। ਕਿਉਂ? ਕਿਉਂਕਿ ਹਰ ਸ਼ੈ ਮੇਰੇ ਮਗਰ ਮਗਰ ਹੀ ਤੁਰੀ ਆਏਗੀ। ਆਖੋ ਸਤਨਾਮ। ਸੰਸਾਰੀ ਕੇਵਲ ਪਦਾਰਥਾਂ ਤੱਕ, ਸੰਸਾਰੀ ਕੇਵਲ ਦੁਨਿਆਵੀ ਧਨ ਤੱਕ, ਫਿਰ ਔਖਾ ਹੁੰਦਾ, ਫਿਰ ਮੰਗਦਾ, ਫਿਰ ਔਖਾ ਹੁੰਦਾ, ਫਿਰ ਮੰਗਦਾ। ਇਉਂ ਕਹਿ ਲਓ ਕਿ ਸੰਸਾਰੀ ਮਾਇਆ ਦੇ ਮਗਰ ਮਗਰ ਤੇ ਮਾਇਆ ਇਹਦੇ ਅੱਗੇ ਅੱਗੇ, ਮਾਇਆ ਅੱਗੇ ਅੱਗੇ ਇਹ ਮਗਰ ਮਗਰ ਸਾਰੀ ਜ਼ਿੰਦਗੀ ਬਸ ਇਸੀ ਦੌੜ 'ਚ ਲੱਗਾ ਰਹਿੰਦਾ, ਤੇ ਮਾਇਆ ਇਹਨੂੰ ਦੌੜਾਈ ਜਾਂਦੀ ਹੈ, ਦੌੜਾਈ ਜਾਂਦੀ। ਆ ਜਾ ਕਾਕਾ ਮੇਰੇ ਮਗਰ, ਆ ਜਾ ਆ ਜਾ ਆ ਜਾ, ਕਿੱਥੇ ਰੁਕ ਕੇ ਆ ਜਾ ਆ ਜਾ, ਹਾਫ ਜਾਂਦਾ ਹੈ ਕਰਦਾ, ਥੱਕ ਗਿਆ ਬਚਪਨ ਤੋਂ, ਜਵਾਨੀ ਆ ਗਈ, ਜਵਾਨੀ ਤੋਂ ਬੁਢਾਪਾ ਆ ਗਿਆ, ਭੱਜੀ ਜਾ ਰਿਹਾ, ਭੱਜੀ ਜਾ ਰਿਹਾ, ਇਹ ਮਾਇਆ ਭਜਾਈ ਜਾ ਰਹੀ ਹੈ, ਭਜਾਈ ਜਾ ਰਹੀ ਹੈ, ਰੁਕਣੀ ਨਹੀਂ ਦੇ ਰਹੀ। ਹੁਣ ਇੱਕ ਇੱਕ ਹੋਰ ਦ੍ਰਿਸ਼ ਹੈ, ਇੱਕ ਦ੍ਰਿਸ਼ ਤਾਂ ਇਹ ਹੋ ਗਿਆ, ਇੱਕ ਹੋਰ ਦ੍ਰਿਸ਼ ਹੈ। ਇੱਕ ਦੇ ਅੱਗੇ ਮਾਇਆ ਹੈ, ਉਹ ਮਾਇਆ ਦੇ ਪਿੱਛੇ ਪਿੱਛੇ, ਤੇ ਇੱਕ ਹੋਰ ਹੈ ਉਹ ਅੱਗੇ ਅੱਗੇ, ਤੇ ਮਾਇਆ ਉਹਦੇ ਪਿੱਛੇ ਪਿੱਛੇ। ਆਖੋ ਸਤਨਾਮ। ਉਹ ਮਾਇਆ ਉਹਦੇ ਪਿੱਛੇ ਪਿੱਛੇ ਕਿ ਮੇਰੀ ਹਾਜ਼ਰੀ ਲਾ ਲੈ, ਆਖੋ ਸਤਨਾਮ, ਮੇਰੀ ਹਾਜ਼ਰੀ ਲਾ ਲੈ, ਉਹ ਅੱਗੇ ਅੱਗੇ ਮਾਇਆ ਪਿੱਛੇ ਪਿੱਛੇ, ਹੱਥ ਬੰਨ ਭੱਜੀ ਫਿਰਦੀ ਆ ਮਗਰੇ 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 ਮਗਰੇ, ਤੇ ਉਹ ਅੱਗੇ ਅੱਗੇ ਭੱਜੀ ਜਾਂਦਾ, ਮਾਇਆ ਨੂੰ ਨਚਾਉਂਦਾ ਫਿਰਦਾ। ਇੱਕ ਨੂੰ ਮਾਇਆ ਨਚਾਉਂਦੀ ਹੈ, ਇੱਕ ਮਾਇਆ ਨੂੰ ਨਚਾਉਂਦਾ ਹੈ। ਖਾਲੀ ਇੱਕ ਇੱਕ ਖਾਲੀ ਨਾਮ ਕਰਕੇ, ਆਖੋ ਸਤਨਾਮ, ਇੱਕ ਬੰਦਗੀ ਕਰਕੇ, ਬਸ ਇੱਕ ਇਬਾਦਤ ਕਰਕੇ, ਇੱਕ ਪਦਾਰਥਾਂ ਦੇ ਮਗਰ ਮਗਰ, ਉਹ ਜਿਹਦੇ ਪੱਲੇ ਨਾਮ ਧਨ ਨਹੀਂ, ਤੇ ਇੱਕ ਦੇ ਪਦਾਰਥ ਮਗਰ ਮਗਰ ਨੇ, ਇੱਕ ਦੇ ਪਦਾਰਥ ਮਗਰ ਨੇ, ਉਹਦੇ ਜਿਹਦੇ ਪੱਲੇ ਨਾਮ ਧਨ ਹੈ। ਆਖੋ ਸਤਨਾਮ। ਸਮਝਣਾ ਕਿੰਨੀ ਬੰਦਗੀ ਸੀ ਬਾਬਾ ਫਰੀਦ ਜੀ ਦੀ, ਰੋਮ ਰੋਮ ਜਿਹਨਾਂ ਦਾ ਸਿਜਦੇ ਦੇ ਵਿੱਚ, ਪਰ ਜਦੋਂ ਮੰਗਣ ਦੀ ਵਾਰੀ ਆਈ ਤੇ ਕੀ ਮੰਗਿਆ? ਆਹੀ ਸਾਨੂੰ ਸਿਖਾਉਂਦੇ ਪਏ ਨੇ, ਆਹੀ ਸਾਨੂੰ ਸਿਖਾ ਰਹੇ ਨੇ, ਮੰਗ ਮੰਗ ਮੰਗ, ਸਾਡੀਆਂ ਮੰਗਾਂ ਆ ਵੀ ਦੇ ਦੇ, ਆ ਵੀ ਦੇ ਦੇ, ਆ ਸਾਰੀ ਜ਼ਿੰਦਗੀ ਭੁੱਖੇ ਹੀ ਰਹੀ, ਸਾਰੀ ਜ਼ਿੰਦਗੀ ਭੁੱਖੇ ਰਹੀ। ਕਿੰਨੇ ਪਦਾਰਥ ਲੈ ਚੁੱਕੇ ਆ, ਫਿਰ ਭੁੱਖੇ, ਫਿਰ ਖਾਲੀ, ਕਿਤੇ ਰੱਜ ਆਇਆ ਨਹੀਂ ਆਇਆ, ਨਹੀਂ ਆਇਆ ਰੱਜ ਉਹਨਾਂ ਨੂੰ ਆਇਆ, ਸਹਿਜ ਉਹਨਾਂ ਨੂੰ ਆਇਆ, ਸੰਤੋਖ ਉਹਨਾਂ ਨੂੰ ਆਇਆ, ਉਹ ਜਿਹੜੇ ਜੁੜ ਗਏ ਆਪਣੇ ਵਾਹਿਗੁਰੂ ਜੀ ਦੇ ਨਾਲ। ਆਖੋ ਸਤਨਾਮ। ਹੋਲੀ ਸੋਨਿਆ ਸਾ
ਇੱਕ ਗੱਲ ਕਹਿੰਦੇ ਜੀ, ਮਾਇਆ ਮਾੜੀ ਨਹੀਂ, ਮਾਇਆ ਤੋਂ ਬਿਨਾਂ ਇੱਕ ਡੰਗ ਨਹੀਂ ਚੱਲਦਾ। ਪਰ ਯਕੀਨ ਜਾਣਨਾ, ਦੋ ਦ੍ਰਿਸ਼ ਦਾਸ ਨੇ ਅੱਜ ਤੁਹਾਨੂੰ ਦਿਖਾਏ ਨੇ, ਹੁਣ ਇਹ ਤੁਹਾਡੇ ਤੇ ਨਿਰਭਰ ਕਰਦਾ ਇਹ ਦੋਨੋਂ ਦ੍ਰਿਸ਼ ਦੇ ਵਿੱਚੋਂ ਕਿਹੜੇ ਦ੍ਰਿਸ਼ ਨੂੰ ਤੁਸੀਂ ਅਪਣਾਉਣਾ ਚਾਹੁੰਦੇ ਹੋ। ਤੁਸੀਂ ਮਾਇਆ ਦੇ ਮਗਰ ਮਗਰ ਕਿ ਮਾਇਆ ਤੁਹਾਡੇ ਮਗਰ ਮਗਰ, ਇਹ ਤੁਹਾਡੇ ਤੇ ਨਿਰਭਰ ਕਰਦਾ। ਤੁਸੀਂ ਪਦਾਰਥਾਂ ਦੇ ਮਗਰ ਮਗਰ ਕਿ ਪਦਾਰਥ ਤੁਹਾਡੇ ਮਗਰ ਮਗਰ, ਇਹ ਤੁਹਾਡੇ ਤੇ ਨਿਰਭਰ ਕਰਦਾ। ਲਗੇ ਰਹੋ ਸਾਰੀ ਜ਼ਿੰਦਗੀ, ਲਗੇ ਰਹੋ ਸਾਰੀ ਜ਼ਿੰਦਗੀ, ਅਖੀਰ ਜਦੋਂ ਅਖੀਰਲਾ ਸਮਾਂ ਵੀ ਆਏਗਾ ਉਦੋਂ ਵੀ ਭੁੱਖੇ ਹੀ ਰਵਾਂਗੇ, ਜੀਵ ਬਾਹਰ ਤੇ ਲਿਲਕੜੀਆਂ ਕੱਢਦੇ ਹੋਵਾਂਗੇ। ਸਾਧ ਸੰਗਤ ਜੀ, ਹਲਕਾਏ ਕੁੱਤੇ ਦੀ ਤਰ੍ਹਾਂ, ਇਹ ਮਹਾਰਾਜ ਐਗਜ਼ਾਮਪਲ ਦਿੰਦੇ ਨੇ, ਹਲਕਾਏ ਕੁੱਤੇ ਦੀ ਤਰ੍ਹਾਂ ਕਹਿੰਦੇ ਲਿਲਕੜੀਆਂ ਕੱਢਦਾ ਰਹੇਗਾ ਕਿ ਹਾਲੇ ਵੀ ਕੁਝ ਹੋਰ ਮਿਲ ਜਾਵੇ। ਆਖੋ ਸਤਨਾਮ। ਪਰ ਮਾਇਆ ਨੇ ਉਦੋਂ ਵੀ ਤੈਨੂੰ ਨਚਾਈ ਜਾਣਾ, ਨਚਾਈ ਜਾਣਾ। ਤੇ ਜੇ ਚਾਹੁੰਦਾ ਹੈ ਕੰਧਾਂ ਟੱਪ ਟੱਪ ਪਦਾਰਥ ਤੇਰੇ ਘਰ ਆਉਣ, ਬਿਨਾਂ ਸੱਦੇ ਤੋਂ ਪਦਾਰਥ ਤੇਰੇ ਘਰ ਆਉਣ, ਤੇ ਯਕੀਨ ਜਾਣਨਾ ਫਿਰ ਮਾਇਆ ਪੱਤੀ ਦੇ ਚਰਨਾਂ ਦੇ ਵਿੱਚ ਸਜਦੇ ਕਰ ਲਓ। ਆਖੋ ਸਤਨਾਮ। ਮਾਇਆ ਪੱਤੀ ਦੇ ਬਣ ਜਾਓ, ਵਾਹਿਗੁਰੂ ਦੇ ਬਣ ਗਏ। ਮੇਰੇ ਸਾਹਿਬ ਕਹਿੰਦੇ ਨੇ, ਬੰਦੇ ਬੰਦਗੀ ਇੱਕ ਤਿਆਰ, ਇੱਕ ਕੰਮ ਕਰ ਤੂੰ ਬੰਦਗੀ ਤਿਆਰ। ਤੂੰ ਮਨ ਤਾਂ ਸਹੀ, ਸਾਹਿਬ ਕਹਿੰਦੇ ਮੇਰੇ ਬੱਚੇ ਮੇਰਾ ਕਹਿਣਾ ਮਨ ਕੇ ਦਾਵੇ। ਅੱਗੋਂ ਅਸੀਂ ਕੀ ਕਹਿੰਦੇ, ਬੰਦਗੀ ਨਾਲ ਢਿੱਡ ਭਰ ਜਾਏਗਾ, ਬੰਦਗੀ ਨਾਲ ਆ ਹੋ ਜਾਏਗਾ, ਬੰਦਗੀ ਨਾਲ ਉਹ ਹੋ ਜਾਏਗਾ। ਸਾਹਿਬ ਕਹਿੰਦੇ ਸਭ ਕੁਝ ਹੋ ਜਾਏਗਾ, ਤੂੰ ਇੱਕ ਵਾਰੀ ਮੇਰਾ ਕਹਿਣਾ ਮੰਨ ਕੇ ਵੇਖ, ਮਿਹਨਤ ਕਰ, ਕੰਮ ਕਰ। ਇਹ ਨਹੀਂ ਕਿ ਕੰਮ ਕੋ ਛੱਡ ਕੇ ਬਹਿ ਗਏ, ਮਾਲਾ ਫੜ ਕੇ ਕੰਦਰਾਂ ਤੇ ਚਲੇ ਗਏ, ਪਹਾੜਾਂ 'ਚ ਬਹਿ ਗਏ, ਗੁਫਾਵਾਂ 'ਚ ਬਹਿ ਗਏ, ਲੈ ਜੀ ਬਾਹਰ ਹੀ ਨੇ ਗਏ ਨਾਮ ਜਪਣ। ਨਾ 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 ਨਾ, ਗਲਤ ਟਰੈਕ ਤੇ ਨਾ ਪੈ ਜਾ। ਤੂੰ ਕਿਰਤ ਕਰ, ਕਿਰਤ ਕਰਦੇ ਆ ਆਪਣੇ ਸਾਈਂ ਦੇ ਚਰਨਾਂ ਨਾਲ ਜੁੜ, ਬੰਦਗੀ ਨਾਲ ਜੁੜ, ਇਬਾਦਤ ਨਾਲ ਜੁੜ, ਅੰਮ੍ਰਿਤ ਵੇਲੇ ਨਾਲ ਜੁੜ, ਨਿਤਨੇਮ ਨਾਲ ਜੁੜ, ਫਿਰ ਤੇਰੀ ਥੋੜੀ ਮਿਹਨਤ ਨੂੰ ਵੀ ਕਿੰਨੇ ਵੱਡੇ ਭਾਗ ਲੱਗਦੇ ਨੇ ਤੂੰ ਸੋਚ ਵੀ ਨਹੀਂ ਸਕੇ, ਸੋਚ ਵੀ ਨਹੀਂ ਸਕੇ। ਵੱਡੇ ਭਾਗ ਨੇ ਆਪ ਸੰਗਤਾਂ ਦੇ, ਸਾਧ ਸੰਗਤ ਜੀ ਮੈਂ ਖੁੱਲ ਕੇ ਕਹਿ ਰਿਹਾ, ਮੈਨੂੰ ਕਹਿੰਦੇ ਕੋਈ ਸੋਚ ਨਹੀਂ, ਕੋਈ ਝਿਜਕ ਨਹੀਂ। ਬੜੇ ਵੱਡੇ ਭਾਗ ਨੇ, ਬੜੇ ਵੱਡੇ ਭਾਗ ਨੇ ਆਪ ਜੀਆਂ ਦੇ ਕਰਮਾਂ ਵਾਲਿਓ, ਕਿ ਆ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਗੁਰੂ ਨਾਨਕ ਦੇ ਚਰਨਾਂ 'ਚ ਬਹਿ ਕੇ ਸਿਜਦੇ ਤੇ ਕਰਦੇ ਪਏ ਹੋ। ਆਖੋ ਸਤਨਾਮ। ਸਿਜਦੇ ਵੱਡੇ ਭਾਗ ਨੇ। ਅੱਜ ਜੋ ਤੁਸੀਂ ਬੀਜ ਰਹੇ ਹੋ ਤੁਹਾਨੂੰ ਨਹੀਂ ਪਤਾ ਕੀ ਤੁਹਾਨੂੰ ਮਿਲਣਾ ਜੇ ਬਦਲੇ ਵੱਡੇ ਵੱਡੇ ਪੁੰਨ ਬਣਦੇ ਪਏ ਨੇ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਕਿੱਡੇ ਵੱਡੇ ਪੁੰਨ ਬਣਦੇ ਪਏ ਨੇ। ਜਿਹਦੀ ਤਿਜੋਰੀ 'ਚ ਰੋਜ਼ ਹੀਰੇ ਜਮ੍ਹਾਂ ਹੋ ਰਹੇ ਹੋਣ, ਕਿੰਨਾ ਵੱਡਾ ਸ਼ਾਹੂਕਾਰ ਹੈ, ਕਿੰਨਾ ਵੱਡਾ ਸ਼ਾਹ ਹੈ, ਕਿੰਨਾ ਵੱਡਾ ਧਨਾੜ ਹੈ। ਸਵਾਸ, ਜਿਸ ਸਵਾਸ ਦੇ ਵਿੱਚ ਪਰਮੇਸ਼ਰ ਚੇਤੇ ਆ ਰਿਹਾ, ਇਹ ਸਵਾਸ ਹੀਰਿਆਂ ਦੀ ਕੀਮਤ ਰੱਖ ਰਹੇ ਨੇ। ਹਰ ਇੱਕ ਸਵਾਸ ਨੂੰ ਵਾਹਿਗੁਰੂ ਜੀ ਦੇ ਨਾਮ 'ਚ ਰੰਗ ਕੇ ਵਾਹਿਗੁਰੂ ਜੀ ਦੇ ਖਜ਼ਾਨੇ 'ਚ ਜਮ੍ਹਾਂ ਕਰਾ ਦਿਓ। ਇਹਨਾਂ ਸਵਾਸਾਂ ਨੇ, ਜਿਹਨਾਂ ਸਵਾਸਾਂ 'ਤੇ ਵਾਹਿਗੁਰੂ ਲਿਖਿਆ ਹੋਏਗਾ, ਇਹਨਾਂ ਸਵਾਸਾਂ ਨੇ ਜਿਹਨਾਂ ਸਵਾਸਾਂ 'ਚ ਸਤਸੰਗ ਦੀਆਂ ਘੜੀਆਂ ਲਿਖੀਆਂ ਹੋਣਗੀਆਂ, ਕਿ ਇਹ ਸਵਾਸ ਦੇ ਵਿੱਚ ਸਤਸੰਗ ਕੀਤਾ ਗਿਆ ਸੀ, ਇਹਨਾਂ ਸਵਾਸਾਂ ਨੇ ਤੁਹਾਡੀ ਕੀਮਤ ਪਾਣੀ ਹੈ, ਇਹਨਾਂ ਸਵਾਸਾਂ ਨੇ ਤੁਹਾਡੀ ਕੀਮਤ ਪਾਣੀ ਹੈ, ਕੀਮਤੀ ਬਣਾਉਣਾ। ਤੇ ਸਾਹਿਬ ਕਹਿੰਦੇ ਨੇ, ਬੰਦੇ ਬੰਦਗੀ ਇਖਤਿਆਰ, ਬੰਦੇ ਨੂੰ ਬੰਦਗੀ ਇਖਤਿਆਰ ਕਰਨ ਵਾਸਤੇ
जे बंदा बंदगी करे ते बंदा है, जे बंदगी नहीं ते गंदे तो गंदा है। आखो सतनाम गंदे तो बंदगी करे ते फिर बंदा है। कदे कुत्ते नूं नहीं किया कुत्ता बन जा, कदे खोते नूं नहीं किया खोता बन जा, कदे बल्द नूं नहीं किया बल्द बन जा, किसी डंगर नूं नहीं किया डंगर बन जा, पंछी नूं नहीं किया पंछी बन जा, एक बंदे नूं ही किया जांदा बंदा बन जा। सतनाम एक बंदे नूं ही किया जांदा बंदा बन जा। कमाल होगी कि यह बंदा नहीं है। महाराज कहते दिखता तो बंदा है पर करतूत बंदियां वाली नहीं। आखो सतनाम दिखता बंदा है पर करतूत जेड़ी है बंदियां वाली नहीं। करतूत पशु की मानस जात लोक पचारा करे दिन रात। जेड़ी करतूतां ने पशुआं वालियां ने ताई ता साडी तुलना ਪਸ਼ੂਆਂ ਦੇ ਨਾਲ ਪੰਛੀ ਦੇ ਨਾਲ ਕੀਤੀ ਜਾਂਦੀ ਸਾਡੀ ਬੰਦਿਆਂ ਦੀ ਤੁਲਨਾ ਸਿੱਖਦਾਰੀ ਸੀ ਸਾਡੀ 84 ਲੱਖ ਜੂਨ ਦੇ ਸਰਦਾਰ ਸੀ ਜਿਹੜੇ ਮਰਜ਼ੀ ਜਾਨਵਰ ਨੂੰ ਜਿਹੜੇ ਮਰਜ਼ੀ ਬਲਸ਼ਾਲੀ ਜਾਨਵਰ ਨੂੰ ਸ਼ਾਸਨ ਕਾਬੂ ਚ ਕੀਤਾ ਇਨਸਾਨ ਨੇ ਮਾਲਕ ਹੈ ਸਿੱਖਦਾਰ ਹੈ ਚੌਧਰੀ ਹੈ। पर कमाल हो गई एडे वे रुतबे होंद भी ए तुलना पशुआ के चूहे वर्गा दिल है चूहे की मिसाल दे चूहे वर्गा दुबक के बह गए शेर दिल है हाथी वर्गा बल है। देखो एग्जाम्पल दित्तियां जा रही साडे ते एग्जाम्पल केड़ियां फिट कीतियां जा रही इंसान ते केड़ियां केड़ियां एग्जाम्पल फिट कीतियां जा रही पशुआं दी। आखो सब सुना कमाल पशुआं दी बिल्ली वांग दुबके बह जांदा है। अपा किन्ने एग्जाम्पल साथ संगत दे कोयल वांग मिठा बोलता बोल दे कोयल वांग मिठा बोलता कां वांग कां कां करी जांदा कमाल हो गया। एक बंदे नूं ही खाली कहा जांदा तू बंदा बन जा। आखो सतनाम तू बंदा बन जा। ते महाराज कहंदे बंदा जे बंदा बनेगा ते वाहिद इक बंदगी दे नाल। आखो सतनाम एक बंदगी जे बंदे दे अंदर रज के बंदगी होएगी फिर उदी एग्जाम्पल पशुआं दे नाल नहीं पंछियां दे नाल नहीं फिर साथ संगत फिर उदी एग्जाम्पल यार देवतियां वांगे बंदा है। आखो साथ संगत देव रूप ऐता फिर एग्जाम्पल दित्तियां जांदियां आपां कहिंदे भी रब रूप है यार रब रूप बंदा है। बोलदे आ कि नहीं बोलदे अंदर बंदगी सी ते देखो एग्जाम्पल रब दे नाल तुलना हो रही है देवतियां दे नाल तुलना हो रही है। जे अंदर बंदगी नहीं ते बस फिर पशुआं दे नाल ही साडी तुलना हो रही है। कीमत ही खाली बंदगी दी है। बंदगी है ते कीमत है इस जहां दे विच भी ते उस जहां दे विच भी। जे बंदगी नहीं ते सासंग लानता है इस जहान दे विच वी ते लानता है उस जहान दे विच वी। साहिब कहिंदे ने तुतकारिया जाएगा सुट दिता जाएगा खोटे नूं सुट दिता जांदा खोटे सच्ची दरगाह सुटी है सुट दिता जांदा दरगाह तो फालतू चीज है चुक के सुटो इहनूं बाहर। ते जिहड़ा खरा होएगा जिन्हें खरी खरी वस्तु कत्र कीती होएगी खरी तो फिर नाम ही है। महाराज कहते खरे खजाने पाई है खरिया महाराज निरंकार वाहेगुरु अपने खजाने जे पा लेंगे अपने कोल कर लेंगे अपने नेड़े कर देंगे खोटियां चुक
ਬਾਹਰ ਸੁੱਟਣਗੇ। ਮੈਂ ਕੁਝ ਨਹੀਂ ਕਹਿ ਰਿਹਾ, ਮੈਂ ਕੁਝ ਨਹੀਂ ਕਹਿ ਰਿਹਾ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ, ਕਹਿੰਦੇ ਖਰੇ ਖਜ਼ਾਨੇ ਪਾਈ ਹੈ ਖੋਟੇ ਸਟੀਏ ਬਾਹਰ ਆਖੋ ਸਤਨਾਮ। ਕਿੱਥੋਂ ਬਾਹਰ ਵਾਰ ਖੋਟੇ ਸੱਚੀ ਦਰਗਾਹ ਸੁੱਟੀ ਹੈ, ਕਿੱਥੋਂ ਸੁੱਟਿਆ ਜਾਂਦਾ, ਸੱਚੀ ਦਰਗਾਹ ਤੋਂ ਸੁੱਟ ਦਿੱਤਾ ਜਾਂਦਾ, ਸੱਚੀ ਦਰਗਾਹ ਤੋਂ ਸੁੱਟ ਦਿੱਤਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਨੇ, ਮੰਨਣਾ ਪੈਣਾ, ਹਰ ਹਾਲ ਚ ਮੰਨਣਾ ਪੈਣਾ। ਇਸ ਲਈ ਬੰਦਗੀ ਕਰਕੇ ਇੱਥੇ ਵੀ ਗੁਰੂ ਦੀ ਗੋਦੀ ਮਾਣੀਏ, ਤੇ ਬੰਦਗੀ ਕਰਕੇ ਸਾਧ ਜਿੱਥੇ ਗਾਂ ਜਾਵਾਂਗੇ, ਜਿੱਥੇ ਵੀ ਜਾਵਾਂਗੇ ਉੱਥੇ ਗੁਰੂ ਦੀ ਗੋਦੀ ਮਿਲਣੀ ਆ। ਕੋ ਸਤਨਾਮ ਇਸ ਲਈ ਆਪਣੇ ਮਨ ਨੂੰ ਸਮਝਾਈਏ, ਉਹ ਮਨਾ ਮੰਗ ਤੂੰ ਵੀ ਮੰਗ, ਐਡੀ ਬੰਦਗੀ ਬਾਬਾ ਫਰੀਦ ਜੀ ਦੀ, ਫਿਰ ਵੀ ਜਦੋਂ ਮੰਗਣ ਦੀ ਵਾਰੀ ਆਈ ਤੇ ਕੀ ਮੰਗਿਆ, ਬੰਦਗੀ ਬੰਦਗੀ ਬੰਦਗੀ। ਬੜਾ ਤਰਸ ਹੈ ਕੋਈ ਡੁੱਬਦਾ ਜਾਂਦਾ ਹੋਵੇ ਔਰ ਕਿਸੇ ਨੂੰ ਤਰਸ ਆ ਜਾਵੇ ਉਹਦੇ ਤੇ, ਫਿਰ ਉਹਨੂੰ ਬਚਾ ਲਵੇ, ਵੱਡਾ ਅਹਿਸਾਨਮੰਦ ਹੋਣਾ ਚਾਹੀਦਾ ਉਹਦਾ ਜਿਹਨੇ ਬਚਾਇਆ। ਨਾਮ ਵੀ ਹੋਣਾ ਸੀ, ਡੁੱਬਦੇ ਜਾ ਰਹੇ ਹਾਂ, ਬਿਨਾਂ ਨਾਮ ਤੋਂ ਡੁੱਬਦੇ ਜਾ ਰਹੇ ਹਾਂ। ਆ ਡੁੱਬਦੇ ਨੂੰ ਮਹਾਰਾਜ ਨੇ ਅੰਮ੍ਰਿਤ ਵੇਲੇ ਬਿਠਾ ਤਾ, ਏਦਾਂ ਤਰੇਗਾ ਏਦਾਂ ਤਰੇਗਾ ਸਾਰੀ ਜ਼ਿੰਦਗੀ, ਫਿਰ ਅਹਿਸਾਨਮੰਦ ਹੋਈਏ ਜਿਹਨੇ ਸਾਨੂੰ ਤਾਰਿਆ ਹੈ। ਆਖੋ ਸਤਨਾਮ, ਅਹਿਸਾਨਮੰਦ ਹੋਈ ਆਪਣੇ ਗੁਰੂ ਨਾਨਕ ਦੇ ਜਿਹਨੇ ਸਾਨੂੰ ਤਾਰਿਆ। ਨੀਂਦ ਅੰਮ੍ਰਿਤ ਵੇਲੇ ਦੀ ਬਹੁਤ ਪਿਆਰੀ ਹੁੰਦੀ ਹੈ, ਆਹ ਜਿਹੜੀ ਨੀਂਦ ਦਾ ਸਮਾਂ ਹੈ ਨਾ ਜੀ, 2 ਤੋਂ ਲੈ ਕੇ 5 ਵਜੇ ਤੱਕ ਬਹੁਤ ਗੂੜੀ ਨੀਂਦ ਹੁੰਦੀ ਹੈ, ਬਹੁਤ ਗੂੜੀ। ਔਰ ਇਹੀ ਨੀਂਦ ਤਿਆਗਣ ਨੂੰ ਮਹਾਰਾਜ ਨੇ ਕਿਹਾ, 2 ਤੋਂ 6 ਦਾ ਵੇਲਾ ਸਾਧ ਸੰਗਤ, 3 ਤੋਂ 6 ਦਾ ਕਹਿ ਲਓ, 2 ਤੋਂ 6 ਦਾ ਕਹਿ ਲਓ, ਇਹੀ ਤਾਂ ਸਾਧ ਸੰਗਤ ਤਿਆਗ ਕੇ ਮਹਾਰਾਜ ਕਹਿੰਦੇ ਨਾਮ ਜਪ ਬੰਦਗੀ। अगर तुहानू ए वीडियो वधिया लगी है तां लाइक करो अते अग्गे शेयर जरूर करो जी।